ਹੁਣ ਗੱਲ ਕਰਦੇ ਆ 19 ਨੁਕਤਿਆਂ ਤੇ 19 ਵੱਡੀਆਂ ਗੱਲਾਂ ਦੀ। ਕੈਪਟਨ ਤੇ ਇੰਦਰਾ ਗਾਂਧੀ ਨੇ ਟੱਕ ਲਾਇਆ ਤਾਂ ਸਰਦਾਰ ਬਾਦਲ ਨੇ ਐਸਵਾਈਐਲ ਲਈ ਜ਼ਮੀਨ ਅਕਵਾਇਰ ਕੀਤੀ। 10 ਸਾਲਾਂ ਤੋਂ 2 ਲੱਖ ਕਰੋੜ ਦਾ ਕਰਜ਼ਾ ਚੜਿਆ। ਕੈਪਟਨ ਸਰਕਾਰ ਦਾ ਸਭ ਤੋਂ ਵੱਧ ਟੋਲ ਪਲਾਜ਼ੇ ਬਣਾਏ। ਸੀਐਮ ਮਾਨ ਨੇ ਵਿਰੋਧੀਆਂ ਤੇ ਪਲਟਵਾਰ ਕੀਤਾ ਤੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੇ ਸਮੇਂ ਸਭ ਤੋਂ ਵੱਧ ਟੋਲ ਪਲਾਜ਼ੇ ਬਣੇ ਨੇ, ਬਲਕਿ ਸਾਡੀ ਸਰਕਾਰ 'ਚ 14 ਟੋਲ ਪਲਾਜ਼ੇ ਹੁਣ ਤੱਕ ਅਸੀਂ ਬੰਦ ਕਰ ਚੁੱਕੇ ਹਾਂ। ਉਹਨਾਂ ਇਹ ਵੀ ਕਿਹਾ ਕਿ ਸਤਲੁਜ ਵਾਲਾ ਟੋਲ ਪਲਾਜ਼ਾ ਉਹਨਾਂ ਦੀ ਹਿੱਟ ਲਿਸਟ ਤੇ ਹੈ। 37,946 ਨੌਕਰੀਆਂ ਹੁਣ ਤੱਕ ਦੇ ਚੁੱਕੇ ਨੇ। 18 ਮਹੀਨਿਆਂ 'ਚ 56,797 ਕਰੋੜ ਦਾ ਨਿਵੇਸ਼ ਹੋਇਆ। 18 ਮਹੀਨਿਆਂ 'ਚ 2,98,012 ਲੋਕਾਂ ਨੂੰ ਹੁਣ ਤੱਕ ਰੋਜ਼ਗਾਰ ਦਿੱਤਾ ਗਿਆ। 37,946 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੌਲਤ ਤੇ ਸ਼ੌਹਰਤ ਦੀ ਲੋੜ ਨਹੀਂ ਹੈ। ਵਿਰੋਧੀਆਂ ਨੇ ਪੰਜਾਬ ਨੂੰ ਹਰ ਤਰੀਕੇ ਤੋਂ ਲੁੱਟਿਆ। ਇਹ ਤਾਂ ਸਿਰਫ ਟ੍ਰੇਲਰ ਹੈ। ਡਿਬੇਟ ਲਈ 25 ਦਿਨ ਦਿੱਤੇ ਗਏ ਸੀ ਤਾਂ ਹੁਣ 3.25 ਕਰੋੜ ਪੰਜਾਬੀ ਜੱਜ ਨੇ ਤੇ ਖੁਦ ਫੈਸਲੇ ਕਰਨਗੇ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੇ ਜਿਨ੍ਹਾਂ ਨੂੰ ਡਿਬੇਟ ਦੇ ਵਿੱਚ ਸੱਦਾ ਦਿੱਤਾ ਗਿਆ। ਡਿਬੇਟ ਲਈ ਸੱਦਾ ਦੇਣ ਵਾਲਾ ਜਿਗਰੇ ਵਾਲਾ ਕੰਮ ਹੁੰਦਾ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮਦਦ ਦਿੱਤੀ ਜਾਂਦੀ ਹੈ। ਪੰਜਾਬ ਦਾ ਕਰਜ਼ਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਸੀਐਮ ਮਾਨ ਓਪਨ ਡਿਬੇਟ ਦੇ ਮੰਚ ਤੇ ਵਿਰੋਧੀਆਂ ਤੇ ਹਮਲਾਵਰ ਹੁੰਦੇ ਦਿਖੇ।